ਸੀਮਾ ਸ੍ਰੇਖਾ ਬਲਨੀਆ ਬਹੁਰ ਸੈਕਟਿਵਿਸਟ ਕੰਡਿਆਲੀ ਤਾਲ ਲਾਗਿਓ ਕੋਈ 3 ਕਿਲੋ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਬੀਐਸਐਫ ਦੇ ਪੰਜਾਬ ਫਰੰਟੀਅਰ ਹੈੱਡਕੁਆਟਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਬੀਐਸਐਫ ਦੀ 124 ਪਟਾਲੀਅਨ ਦੇ ਜਵਾਨਾਂ ਨੇ ਇੱਕ ਵਾਰ ਫਿਰ ਰਾਸ਼ਟਰੀ ਵਿਰੋਧੀ ਅੰਸਰਾਂ ਵੱਲੋਂ ਦੇਸ਼ ਅੰਦਰ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ناکਾਮ ਕਰਦਿਆਂ ਤਿੰਨ ਪੈਕਟਾਂ ਵਿੱਚ ਬੰਦ ਹੈਰੋਇਨ ਦੀ ਇੱਕ ਕਿਲੋ ਬਰਾਮਦ ਕੀਤੀ। ਬੀਐਸਐਫ ਅਨੁਸਾਰ ਨਵੇਂ ਸਾਲ ਵਿੱਚ ਹੁਣ ਤੱਕ ਪਾਕਿਸਤਾਨ ਨਾਲ ਲੱਗਦੀ ਪੰਜਾਬ ਸਰਹੱਦ ਤੋਂ 20 ਕਿਲੋ 7 हद नेड़ियों फड़िया गया है जबकि एक पाकिस्तानी घुसपैठिए मार गिराया गया